ਸਾਡਾ ਵੋਟਿੰਗ ਦਾ ਆਖਰੀ ਪੜਾਅ ਆ ਚੁੱਕਾ ਹੈ। ਕੱਲ੍ਹ ਮਿਤੀ 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਇਸ ਦੀ ਮੁਕੰਮਲ ਤਿਆਰੀ ਹੁਸ਼ਿਆਰਪੁਰ ਹਲਕੇ ਦੇ ਵਿੱਚ ਕਰ ਲਈ ਗਈ ਹੈ। ਪੂਰੀ ਹੁਸ਼ਿਆਰਪੁਰ ਪਾਰਲੀਮੈਂਟਰੀ ਕੰਸਟੀਚੁਐਂਸੀ ਦੇ ਵਿੱਚ 9 ਹਲਕੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚ 6 ਅਸੈਂਬਲੀ ਸੈਗਮੈਂਟਸ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਹੀ ਹੈ। ਅੱਜ ਪਾਰਟੀਜ਼ ਨੂੰ ਡਿਸਪੈਚ ਕੀਤਾ ਜਾ ਰਿਹਾ ਹੈ। ਮੈਂ ਇਸ ਤੋਂ ਪਹਿਲਾਂ ਰਾਇਤ ਬਾਰਾ ਇੰਸਟੀਟਿਊਟ ਦੇ ਵਿੱਚ ਚੱਬੇਵਾਲ ਅਤੇ ਹੁਸ਼ਿਆਰਪੁਰ ਹਲਕੇ ਦਾ ਡਿਸਪੈਚ ਦੇਖਣ ਆਈ ਹਾਂ। ਹੁਣ ਅਸੀਂ ਸ਼ਾਮ 84 ਹਲਕੇ ਦੇ ਡਿਸਪੈਚ ਸੈਂਟਰ 'ਤੇ ਖੜ੍ਹੇ ਹਾਂ। ਇੱਥੇ ਆਲਮੋਸਟ ਡਿਸਪੈਚ ਪੂਰਾ ਹੋ ਚੁੱਕਾ ਹੈ। ਸਾਰੀ ਹੀ ਪੋਲਿੰਗ ਪਾਰਟੀਜ਼ ਦੇ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਕਿ ਉਹ ਉੱਥੇ ਕੰਫਰਟੇਬਲ ਫੀਲ ਕਰਨ। ਉਹਨਾਂ ਦੇ ਖਾਣ ਪੀਣ ਦਾ, ਪਾਣੀ ਪੀਣ ਦਾ ਸਾਰਾ ਅਰੇਂਜਮੈਂਟ ਕੀਤਾ ਗਿਆ। ਨਾਲ ਹੀ ਪੁਲਿਸ ਪਾਰਟੀਜ਼ ਲਈ ਵੀ ਅਰੇਂਜਮੈਂਟ ਕੀਤੇ ਗਏ ਨੇ। ਹੁਣ ਮੈਂ ਹੁਸ਼ਿਆਰਪੁਰ ਦੇ ਸਾਰੇ ਹੀ ਵੋਟਰਾਂ ਨੂੰ ਬੇਨਤੀ ਕਰਦੀ ਹਾਂ ਕਿ ਕੱਲ੍ਹ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਆਪਣੀ ਵੋਟ ਜ਼ਰੂਰ ਪਾਓ। ਇਹ ਜੋ ਵੋਟ ਹੈ, ਇਹ ਤੁਹਾਡੀ ਵੋਟ ਹੀ ਇਸ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਸਾਡੇ ਦੇਸ਼ ਨੂੰ ਮਜ਼ਬੂਤ ਬਣਾਉਂਦੀ ਹੈ। ਅਸੀਂ ਆਪਣੀ ਵੋਟ ਪਾ ਕੇ ਆਪਣਾ ਅਧਿਕਾਰ ਅਤੇ ਆਪਣੀ ਜ਼ਿੰਮੇਵਾਰੀ ਦੋਨੋਂ ਅਸੀਂ ਜ਼ਰੂਰ ਨਿਭਾਈ। ਕਈ ਵਾਰ ਦੇਖਿਆ ਜਾਂਦਾ ਹੈ ਕਿ ਕਿਸੇ ਬੂਥ 'ਤੇ ਕੋਈ ਪ੍ਰੋਬਲਮ ਆ ਜਾਂਦੀ, ਕੋਈ ਮਸ਼ੀਨ ਖਰਾਬ ਹੋ ਜਾਂਦੀ ਹੈ, ਬੈਕਅਪ ਲਈ ਕਈ ਵਾਰ ਲੇਟ ਹੋ ਜਾਂਦੀ, ਉਹਨੂੰ ਉਹਦੇ ਕਿੱਦਾਂ ਚੱਲਦੇ? ਅਸੀਂ ਲਗਭਗ 10-12 ਬੂਥਸ ਦੇ ਉੱਤੇ ਇੱਕ ਸੈਕਟਰ ਬਣਾਇਆ ਗਿਆ ਹੈ, ਜਿਸ ਦੇ ਵਿੱਚ ਇੱਕ ਸੈਕਟਰ ਮੈਜਿਸਟਰੇਟ ਮੌਜੂਦ ਹੈ। ਉਸ ਸੈਕਟਰ ਮੈਜਿਸਟਰੇਟ ਦੇ ਨਾਲ ਪੁਲਿਸ ਪੈਟਰੋਲਿੰਗ ਪਾਰਟੀਜ਼ ਵੀ ਹੋਏਗੀ। ਇਸ ਵਾਰੀ ਅਸੀਂ ਬਹੁਤ ਅੱਛਾ ਇੱਕ ਕਮਿਊਨੀਕੇਸ਼ਨ ਪਲਾਨ ਰੱਖਾ ਹੈ ਕਿ ਜੇਕਰ ਕਿੱਥੇ ਵੀ ਕੋਈ ਮਸ਼ੀਨ ਖਰਾਬ ਹੋਣ ਦੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਵਿਦਇਨ 10 ਮਿੰਟਸ 10 ਮਿੰਟਾਂ ਦੇ ਅੰਦਰ ਅੰਦਰ ਉਹ ਸੈਕਟਰ ਮੈਜਿਸਟਰੇਟ ਉੱਤੇ ਪਹੁੰਚ ਕੇ ਜੇਕਰ ਮਸ਼ੀਨ ਬਦਲਣ ਦੀ ਲੋੜ ਹੈ ਤਾਂ ਮਸ਼ੀਨ ਬਦਲੀ ਜਾਏਗੀ, ਜੇਕਰ ਉਸਨੂੰ ਠੀਕ ਕੀਤਾ ਜਾ ਸਕਦਾ ਤਾਂ ਬੈਲ ਇੰਜੀਨੀਅਰਸ ਦੇ ਰਾਹੀਂ ਉਹ ਠੀਕ ਕੀਤੀਆਂ ਜਾਣਗੀਆਂ। ਸਾਰੇ ਹਲਕੇ ਦੇ ਵਿੱਚ 2 ਬੈਲ ਇੰਜੀਨੀਅਰਸ ਵੀ ਮੌਜੂਦ ਨੇ ਇਸ ਕੰਮ ਦੇ ਲਈ, ਅਤੇ ਅਸੀਂ ਪੂਰਾ ਧਿਆਨ ਰੱਖਾਂਗੇ ਕਿੱਥੇ ਵੀ ਵੋਟਿੰਗ ਜੋ ਹੈ 1/2 ਘੰਟੇ ਤੋਂ ਉੱਪਰ ਨਾ ਰੁਕੇ। ਇਲੈਕਸ਼ਨ ਕਮਿਸ਼ਨ ਵੱਲੋਂ ਵੀ ਅਤੇ ਸਾਡੇ ਵੱਲੋਂ ਵੀ ਇਸ ਸਾਰੀ ਪ੍ਰਕਿਰਿਆ ਦੇ ਉੱਤੇ ਨਜ਼ਰ ਰੱਖੀ ਜਾਏਗੀ। ਵੈਬਕਾਸਟਿੰਗ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਹੋ ਰਹੀ ਹੈ, ਕਿੱਥੇ ਕੀ ਹੋ ਰਿਹਾ ਅਸੀਂ ਲਾਈਵ ਦੇਖ ਸਕਦੇ ਨੇ। ਵੈਬਕਾਸਟਿੰਗ ਦਾ ਕੰਟਰੋਲ ਰੂਮ ਵੀ DC ਆਫਿਸ ਬਣਾਇਆ ਗਿਆ ਹੈ, ਨਾਲ ਹੀ ਉਸ ਦਾ ਕੰਟਰੋਲ ਰੂਮ ਇੱਕ ਲਾਈਵ ਫੀਡ CEO ਆਫਿਸ ਵੀ ਜਾਂਦੀ ਹੈ। ਨਰਿੰਦਰ ਮੋਦੀ ਦੀ ਲੈ ਕੇ ਫੇਰੀ ਨੂੰ ਕੁਝ ਕੁਝ ਨਜ਼ਰ ਆਈ ਸੀ, ਇੱਕ ਕੀ ਹੈ? ਨਹੀਂ, ਦੱਸੋ ਕੀ ਕੁਝ ਨਜ਼ਰ ਆਈ ਸੀ? ਪਾਣੀ ਛੱਡ ਦਿੱਤਾ ਗਿਆ ਸੀ ਕਿਤੇ? ਨਹੀਂ, ਮੈਂ ਕਲੈਰੀਫਾਈ ਕਰਨਾ ਚਾਹੁੰਦੀ ਹਾਂ ਕਿ ਜੋ ਇਹ ਗੱਲ ਚੱਲ ਰਹੀ ਹੈ ਕਿ ਉਹਨਾਂ ਦੀ ਰੈਲੀ ਨਾਲ ਰਿਲੇਟਡ ਸੀ, ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ। ਪਾਣੀ ਲਗਭਗ ਰੈਲੀ ਸਾਈਡ ਤੋਂ 3 ਕਿਲੋਮੀਟਰ ਦੂਰ ਕੋਈ ਕੰਡੀ ਕੈਨਾਲ ਦਾ ਐਸਕੇਪ ਪੁਆਇੰਟ ਹੈ, ਉੱਥੇ ਪਾਣੀ ਲੀਕ ਹੋਇਆ ਜਾਂ ਫਿਰ ਕਿਸੇ ਵੱਲੋਂ ਮਿਸਚੀਵ ਹੋਈ ਹੈ, ਪਰ ਉਹ ਬਿਲਕੁਲ ਟਾਈਮਲੀ ਐਡਰੈਸ ਕਰ ਲਿਆ ਗਿਆ ਸੀ। ਪਾਣੀ ਰੈਲੀ ਸਾਈਡ ਤੋਂ ਬਹੁਤ ਜ਼ਿਆਦਾ ਦੂਰ ਸੀ, ਹੈਲੀਪੈਡ ਤੱਕ ਉਹ ਪਾਣੀ ਨਹੀਂ ਨਾ ਪਹੁੰਚਿਆ ਨਾ ਪਹੁੰਚ ਸਕਦਾ ਸੀ ਕਿਉਂਕਿ ਪਾਣੀ ਦੀ ਕੁਆਂਟਿਟੀ ਵੀ ਘੱਟ ਸੀ। ਬਾਕੀ ਇਹ ਹਰਕਤ ਕਿਸ ਵੱਲੋਂ ਕੀਤੀ ਗਈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ, ਉਸ 'ਤੇ ਇਨਕੁਆਇਰੀ ਕੀਤੀ ਜਾ ਰਹੀ ਹੈ। ਔਰ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਦੀ ਰੈਲੀ ਦੇ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਅਤੇ ਬਹੁਤ ਹੀ ਅੱਛੀ ਇੱਕ ਸਕਸੈਸਫੁਲ ਰੈਲੀ ਹੋਈ ਹੈ। ਮੈਂ ਇਸ ਦੇ ਲਈ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਅਤੇ ਪ੍ਰਸ਼ਾਸਨ ਦੇ ਵੱਖ ਵੱਖ ਡਿਪਾਰਟਮੈਂਟਸ ਵੱਲੋਂ ਜੋ ਵੀ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀ ਗਈਆਂ ਸੀ, ਸਾਰੇ ਨੇ ਆਪਣੀ ਜ਼ਿੰਮੇਵਾਰੀਆਂ ਬਖੂਬੀ ਨਿਭਾਈਆਂ। ਜੀ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ DC ਸਾਹਿਬ ਅਤੇ ਮੈਂ ਪਿੱਛੇ ਵੀ ਅਸੀਂ 2 ਡਿਸਟ੍ਰੀਬਿਊਸ਼ਨ ਸੈਂਟਰ ਵਿਜ਼ਿਟ ਕੀਤੇ ਹੈਗੇ, ਤੀਸਰੇ 'ਤੇ ਹੁਣ ਅਸੀਂ ਉੱਥੇ ਅਤੇ ਬਾਕੀ ਸੈਂਟਰਸ ਵਿੱਚ ਵਿਜ਼ਿਟ ਕਰ ਰਹੇ ਹਾਂ। 5,000 ਤੋਂ ਜ਼ਿਆਦਾ ਪੁਲਿਸ ਫੋਰਸ ਹੁਸ਼ਿਆਰਪੁਰ ਜ਼ਿਲ੍ਹੇ 'ਚ ਅਸੀਂ ਤੈਨਾਤ ਕਰ ਰਹੇ ਹਾਂ ਅਤੇ ਪੂਰੀ ਜੇਕਰ ਹੁਸ਼ਿਆਰਪੁਰ ਕੌਂਸਟੀਟਿਊਂਸੀ ਦੀ ਪਾਰਲੀਮੈਂਟਰੀ ਕੌਂਸਟੀਟਿਊਂਸੀ ਦੀ ਗੱਲ ਕੀਤੀ ਜਾਵੇ ਜਿਹਦੇ ਵਿੱਚ ਬਾਕੀ ਮਲਾ, ਫਗਵਾੜਾ ਅਤੇ ਹਰਗੋਬਿੰਦ ਸਾਹਿਬ ਵੀ ਹੈਗੇ ਅਤੇ ਉਹਦੇ ਵਿੱਚ ਟੋਟਲ 6,000 ਤੋਂ ਜ਼ਿਆਦਾ ਦੀ ਪੁਲਿਸ ਫੋਰਸ ਤੈਨਾਤ ਕੀਤੀ ਜਾਏਗੀ। ਹੁਸ਼ਿਆਰਪੁਰ ਪੁਲਿਸ ਵੱਲੋਂ ਜਿਹੜਾ ਹੈਗਾ 5,000 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਤੈਨਾਤ ਕਰ ਰਹੇ ਹਾਂ। ਸਾਰੀ ਵਲਰੇਬਲ ਲੋਕੇਸ਼ਨਸ ਮੈਡਮ ਵੱਲੋਂ ਵੈਬਕਾਸਟਿੰਗ ਦੇ ਰਾਹੀਂ ਕਵਰ ਕਰਾਈ ਜਾ ਰਹੀ ਹੈਗੀ ਅਤੇ ਸਾਡੇ ਵੱਲੋਂ CAPF ਦੇ ਮੁਲਾਜ਼ਮਾਂ ਦੇ ਨਾਲ ਕਵਰ ਕਰਾਈ ਜਾ ਰਹੀ ਹੈਗੀ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ। 112 ਪੈਟਰੋਲਿੰਗ ਪਾਰਟੀ ਪੁਲਿਸ ਦੀ ਤੈਨਾਤ ਰਹਿਣਗੀਆਂ ਕੱਲ੍ਹ ਹੁਸ਼ਿਆਰਪੁਰ ਜ਼ਿਲ੍ਹੇ 'ਚ, ਜਿਨ੍ਹਾਂ ਦਾ ਰੈਸਪੋਂਸ ਟਾਈਮ ਆਪਣਾ 5 ਤੋਂ 10 ਮਿੰਟ ਦੇ ਵਿੱਚ ਹੋਏਗਾ। ਕਿਸੇ
ਕਿਸੇ ਵੀ ਐਮਰਜੈਂਸੀ ਲੋਅ ਐਂਡ ਆਰਡਰ ਸਿਚੁਏਸ਼ਨ ਨੂੰ ਰੈਸਪੋਂਡ ਕਰਨ ਵਾਸਤੇ ਸਾਡੇ ਸਾਰੇ ਸਿਵਲ ਅਫਸਰਸ ਦਾ ਅਤੇ ਪੁਲਿਸ ਅਫਸਰਸ ਦਾ ਟਾਈ ਅਪ ਇੰਡੀਵਿਜੁਅਲ 1-to-1 ਹੋ ਗਿਆ ਹੈਗਾ ਅਤੇ ਚੱਲ ਰਿਹਾ ਹੈਗਾ। ਬਰੀਫਿੰਗਸ ਵਗੈਰਾ ਚੱਲ ਰਹੀਆਂ ਹੈਗੀਆਂ, ਸਾਰੀ ਪੋਲਿੰਗ ਪਾਰਟੀਆਂ ਜਿਹੜੀ ਹੈਗੀ ਉਹ ਪੁਲਿਸ ਪਾਰਟੀ ਦੇ ਨਾਲ ਮਿਲ ਕੇ ਅਤੇ ਹੁਣ ਤੋਂ ਲੈ ਕੇ ਅਤੇ ਕੱਲ੍ਹ ਵਾਪਸ ਪੋਲਿੰਗ ਜਿਹੜੀ EVM ਪੋਲਡ EVMs ਜਿਹੜੀ ਹੈਗੀਆਂ ਉਹਨਾਂ ਨੂੰ ਡਿਪੋਜ਼ਿਟ ਕਰਾਉਣ ਤੱਕ ਉਹ ਸਾਰੇ ਨਾਲ ਰਹਿਣਗੇ ਅਤੇ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਉਹ ਬੜੇ ਪੁਖਤਾ ਹੈਗੇ। ਇਸ ਤੋਂ ਇਲਾਵਾ ਸਾਡੇ ਪੂਰੇ ਜ਼ਿਲ੍ਹੇ 'ਚ 11 ਇੰਟਰ ਡਿਸਟ੍ਰਿਕਟ ਨਾਕੇ 11 ਇੰਟਰ ਸਟੇਟ ਨਾਕੇ ਜਿਹੜੇ ਹੈਗੇ ਉਹਨਾਂ ਨੂੰ ਸਟਰੈਂਥਨ ਕਰ ਦਿੱਤਾ ਗਿਆ ਹੈਗਾ। ਉਹਨਾਂ 'ਤੇ ਹਰ ਨਾਕੇ 'ਤੇ 8-8 ਮੁਲਾਜ਼ਮ ਦਿਨੇ ਅਤੇ 8-8 ਮੁਲਾਜ਼ਮ ਰਾਤ ਨੂੰ ਹੋਣਗੇ। ਇੰਟਰਸਟੇਟ ਨਾਕਿਆਂ 'ਤੇ ਜਿਹੜਾ ਹੈਗਾ ਮਿਰਰ ਨਾਕੇ ਵੀ ਲੱਗੇ ਹੋਣਗੇ, ਜਿਹੜੇ ਹਿਮਾਚਲ ਦੇ ਨਾਲ ਜਿਹੜੇ ਆਪਣੇ ਜ਼ਿਲ੍ਹੇ ਲੱਗਦੇ ਹੈਗੇ ਉਹਨਾਂ ਵੱਲੋਂ ਵੀ ਨਾਕੇ ਲਾਏ ਜਾਣਗੇ। ਅਤੇ ਇੱਕ ਤਰੀਕੇ ਨਾਲ ਸੀਲਿੰਗ ਟਾਈਪ ਜਿਹੜਾ ਹੋਏਗਾ, ਜਿਹੜਾ ਵੀ ਵਹੀਕਲ ਆ ਜਾ ਰਿਹਾ ਹੈਗਾ ਉਹਦੀ ਪ੍ਰੋਪਰ ਚੈਕਿੰਗ ਕੀਤੀ ਜਾਏਗੀ। ਪਲੱਸ ਇੰਟਰ ਡਿਸਟ੍ਰਿਕਟ ਨਾਕੇ ਜਿਹੜੇ ਹੈਗੇ ਉਹ ਵੀ ਸਟਰੈਂਥਨ ਕਰ ਦਿੱਤੇ ਹੈਗੇ, ਉਹ ਆਪਣੇ 11 ਨਾਕੇ ਹੈਗੇ। ਉੱਥੇ ਵੀ ਜਿਹੜੇ ਹੈਗੇ 7-7 ਮੁਲਾਜ਼ਮ ਹਰ ਨਾਕੇ 'ਤੇ ਅਸੀਂ ਡਿਪਿਊਟ ਕੀਤੇ 24 ਘੰਟਿਆਂ ਵਾਸਤੇ ਰਾਊਂਡ ਦੀ ਕਲੋਕ। ਪਲੱਸ ਸਿਟੀ 'ਚ ਡੋਮੀਨੇਸ਼ਨ ਵਾਸਤੇ ਜਿਹੜੇ ਹੈਗੇ ਅਸੀਂ PCR 112 ਦੀ ਗੱਡੀਆਂ ਜਿਹੜੀ ਹੈਗੀਆਂ ਉਹਨਾਂ ਨੂੰ ਐਕਟੀਵੇਟ ਰੱਖਾਂਗੇ। ਸਟ੍ਰੈਟੇਜਿਕ ਪੁਆਇੰਟਸ 'ਤੇ CAPF ਦੇ ਜਿਹੜੇ ਹੈਗੇ ਕੁਛ ਨਾਕੇ ਰਹਿਣਗੇ ਅੱਜ ਰਾਤ ਨੂੰ ਲੇਟ ਨਾਈਟ ਤੱਕ, ਅਰਲੀ ਮੋਰਨਿੰਗ ਤੱਕ, ਜਦੋਂ ਤੱਕ ਪੋਲਿੰਗ ਸਟਾਰਟ ਹੁੰਦੀ ਹੈਗੀ ਉਦੋਂ ਤੱਕ। ਅਤੇ ਉਸ ਤੋਂ ਬਾਅਦ ਸਾਡੀ ਪੈਟਰੋਲਿੰਗ ਪਾਰਟੀਆਂ ਰਹਿਣਗੀਆਂ। ਉਸ ਤੋਂ ਇਲਾਵਾ ਹਰ ਪੁਲਿਸ ਸਟੇਸ਼ਨ ਦੇ ਨਾਲ ਇੱਕ ਮੋਬਾਈਲ ਨਾਕਾ ਸਟ੍ਰੈਟੇਜਿਕਲੀ ਜਿਹੜਾ ਹੈਗਾ ਉਹ ਵੀ ਹੋਏਗਾ, ਜਿਹੜਾ ਕਿ ਡਿਪੈਂਡਿੰਗ ਔਨ ਦੀ ਸਿਚੁਏਸ਼ਨ ਉੱਥੇ ਡਿਪਲੋਏ ਕੀਤਾ ਜਾਏਗਾ, ਉਹ ਵੀ ਰਾਊਂਡ ਦੀ ਕਲੋਕ ਹੋਏਗਾ। ਪਲੱਸ ਸਾਰੇ SHO, ਸਾਰੇ ਚੌਕੀ ਇੰਚਾਰਜਸ, ਸਾਰੇ GOs ਜਿਹੜੇ SP ਰੈਂਕ ਤੱਕ ਹੈਗੇ ਉਹਨਾਂ ਦੇ ਨਾਲ ਰਿਜ਼ਰਵ ਪਾਰਟੀਜ਼ ਹੈਗੀ ਜਿਹੜੇ ਵੀ ਐਜ ਏ ਪੈਟਰੋਲਿੰਗ ਪਾਰਟੀ ਰੈਸਪੋਂਡ ਕਰਨਗੇ। ਅਤੇ ਅਸੀਂ ਪੀਸਫੁੱਲ, ਫਰੀ, ਬਿਨਾਂ ਕਿਸੇ ਡਰ ਭੈ ਪਕਸ਼ਪਾਤ ਦੇ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਪ੍ਰਤੀਬੱਧ ਹਾਂ ਅਤੇ ਅਸੀਂ ਬਿਲਕੁਲ ਪੀਸਫੁੱਲ ਇਲੈਕਸ਼ਨ, ਸੇਫ ਇਲੈਕਸ਼ਨ। ਜੀ ਉਹ ਅਸੀਂ ਲੈਵਲ ਟੂ ਲੈਵਲ ਅਸੀਂ ਬਹੁਤ ਸਾਰੇ ਨੰਬਰ ਦਿੱਤੇ ਹੈਗੇ, ਅਦਰਵਾਈਜ਼ ਜਿਹੜਾ ਯੂਨੀਫਾਈਡ ਨੰਬਰ ਹੈਗਾ ਆਪਣਾ ਹੈਗਾ 112, ਜਿਹੜਾ ਪੁਲਿਸ ਕੰਟਰੋਲ ਰੂਮ ਹੈਗਾ ਉਸ 'ਤੇ ਇਮੀਡੀਏਟਲੀ ਕਾਲ ਕੀਤਾ ਜਾਵੇ। ਜਿਹੜਾ DC ਸਾਹਿਬ ਨੇ ਵੀ ਕੰਟਰੋਲ ਰੂਮ ਨੰਬਰ ਜਾਰੀ ਕੀਤਾ ਹੈਗਾ, ਜਿਹੜਾ ਸਾਡਾ ਇੰਟੀਗ੍ਰੇਟਡ ਕੰਟਰੋਲ ਰੂਮ ਹੈਗਾ DC ਸਾਹਿਬ ਦਾ ਅਤੇ ਪੁਲਿਸ ਦਾ, ਉੱਥੇ ਵੀ ਇਨਫੋਰਮ ਕੀਤਾ ਜਾ ਸਕਦਾ ਹੈਗਾ। ਅਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਜਿਹੜੇ ਲੋਕਲ ਏਰੀਆ ਦੇ ਜਿਹੜੇ ਆਫਿਸਰਸ ਹੈਗੇ ਉਹਨਾਂ ਦੇ ਨੰਬਰਸ ਵੀ ਅਸੀਂ ਪਬਲਿਕ 'ਚ ਸ਼ੇਅਰ ਕੀਤੇ ਹੈਗੇ। ਅੱਜ ਫਿਰ ਅਸੀਂ ਇੱਕ ਜੁਆਇੰਟ ਪ੍ਰੈਸ ਨੋਟ DC ਸਾਹਿਬ ਵੱਲੋਂ ਜਾਰੀ ਕਰਵਾ ਦਿਆਂਗੇ, ਜਿਹਦੇ ਵਿੱਚ ਹਰ ਸਬ ਡਿਵੀਜ਼ਨ ਪੁਲਿਸ ਆਪਣੇ ਪੁਲਿਸ ਸਟੇਸ਼ਨ ਲੈਵਲ ਤੱਕ ਦੇ ਅਫਸਰਾਂ ਦੇ ਨੰਬਰ ਸ਼ੇਅਰ ਕੀਤੇ ਹੋਣਗੇ। ਸੋ ਦੈਟ ਕਿ ਕਈ ਵਾਰੀ 112 ਤੁਹਾਨੂੰ ਪਤਾ ਬਿਜ਼ੀ ਹੋ ਜਾਂਦਾ ਹੈਗਾ, ਪੀਕ ਆਰਸ ਹੁੰਦੇ ਹੈਗੇ, ਅਤੇ ਉੱਥੇ ਲੋਕਲ ਇਮੀਡੀਏਟ ਟੀਮ ਜਿਹੜੀ ਹੈਗੀ ਰੈਸਪੋਂਡ ਕਰ ਸਕੇ। ਸਰ, ਸੈਂਸਿਟਿਵ ਬੂਥ ਦੀ ਗੱਲ ਕਰੀਏ ਤਾਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਿੰਨੇ ਕਾਊਂਟ ਹੋਏ ਨੇ, ਤਾਂ ਉਹਨਾਂ ਲਈ ਕੀ ਅਲੱਗ ਤੋਂ ਵੱਖਰੇ ਤੌਰ 'ਤੇ ਕੋਈ ਫੋਰਸਿਸ ਵਗੈਰਾ ਤੈਨਾਤ ਕੀਤੀਆਂ ਗਈਆਂ ਨੇ, ਕਿਸ ਤਰ੍ਹਾਂ ਦੇ ਪ੍ਰਬੰਧ ਨੇ ਉਹਨਾਂ 'ਤੇ? ਉਹੀ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ 149 ਸਾਡੀ ਜਿਹੜੀ ਹੈਗੀ ਉਹ ਲੋਕੇਸ਼ਨਸ ਹੈਗੀ ਹੁਸ਼ਿਆਰਪੁਰ ਜ਼ਿਲ੍ਹੇ 'ਚ ਜਿਨ੍ਹਾਂ ਨੂੰ ਸੈਂਸਿਟਿਵ ਨਹੀਂ ਕਹਿੰਦੇ, ਇਹਨੂੰ ਵਲਰੇਬਲ ਲੋਕੇਸ਼ਨ ਕਹਿੰਦੇ ਹੈਗੇ। ਅਤੇ ਉਹਦਾ ਵੱਖਰਾ ਕ੍ਰਾਈਟੇਰੀਆ ਹੈਗਾ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨਸ ਦੇ ਹਿਸਾਬ ਨਾਲ, ਜਿੱਥੇ ਕਿਸੇ ਵੀ ਤਰੀਕੇ ਦਾ ਇਲੈਕਸ਼ਨ ਪ੍ਰੋਸੈਸ ਨੂੰ ਇਨਫਲੂਐਂਸ ਜਾਂ ਡਿਸਟਰਪਟ ਜਾਂ ਮਤਲਬ ਉਹਨੂੰ ਥੋੜ੍ਹਾ ਸਾ ਡਿਸਟਰਬ ਕੀਤਾ ਜਾ ਸਕਦਾ ਹੈਗਾ, ਅਤੇ ਉਸ ਤਰੀਕੇ ਨਾਲ ਉਹ ਕੈਟਾਗਰਾਈਜ਼ ਕੀਤੇ ਗਏ ਹੈਗੇ। ਸਾਰੇ ਹੀ ਲੋਕੇਸ਼ਨਾਂ 'ਤੇ ਵੈਬਕਾਸਟਿੰਗ DC ਸਾਹਿਬ ਵੱਲੋਂ, ਪਲੱਸ CAPF ਫੋਰਸ ਜਿਹੜੀ ਹੈਗੀ ਉਹਦਾ ਹਾਫ ਸੈਕਸ਼ਨ ਐਂਡ ਫੁੱਲ ਸੈਕਸ਼ਨ ਡਿਪੈਂਡਿੰਗ ਔਨ ਦੀ ਰਿਕੁਆਇਰਮੈਂਟ ਐਂਡ ਕ੍ਰਾਈਟੇਰੀਆ ਆਫ ਇਲੈਕਸ਼ਨ ਕਮਿਸ਼ਨ ਅਸੀਂ ਤੈਨਾਤ ਕਰ ਰਹੇ ਹਾਂ। ਉਸ ਤੋਂ ਇਲਾਵਾ ਜਿਹੜੀ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਦੀ ਵੀ ਸਪੈਸ਼ਲ ਬਰੀਫਿੰਗ ਕੀਤੀ ਹੈਗੀ। ਅੱਜ ਸਾਡੇ ਸਾਰੇ GOs ਅਤੇ ਸਾਰੇ SHOs ਉਹ ਸਾਰੇ ਏਰੀਆ 'ਚ ਪਰਸਨਲੀ ਵਿਜਿਟ ਕਰਨਗੇ। ਕੱਲ੍ਹ ਵੀ ਉਹਨਾਂ ਏਰੀਆ ਦਾ ਰੈਸਪੋਂਸ ਟਾਈਮ 5 ਮਿੰਟਸ ਦਾ ਹੋਏਗਾ, ਜਿਹੜੇ ਵਲਰੇਬਲ ਹੈਗੇ ਉਹਨਾਂ ਦਾ 5 ਮਿੰਟਸ ਦਾ ਰੈਸਪੋਂਸ ਟਾਈਮ ਹੈਗਾ, ਜਿਹੜੇ ਨੋਰਮਲ ਬੂਥ ਹੈਗੇ ਉਹਨਾਂ ਦਾ ਰੈਸਪੋਂਸ ਟਾਈਮ 7-10 ਮਿੰਟਸ ਦਾ ਹੋਏਗਾ। ਜੀ, ਅੱਜ ਆਖਰੀ ਦਿਨ ਤਾਂ ਸੋ ਪਬਲਿਕ ਨੂੰ ਜੇ ਕੋਈ ਮੈਸੇਜ ਕਨਵੇ ਕਰਨਾ ਹੋਵੇ? ਜੀ, ਮੈਸੇਜ ਆਈ ਹੈਗਾ, ਦੇਖੋ ਹੁਣ DC ਸਾਹਿਬ ਅਤੇ ਅਸੀਂ ਅਤੇ ਸਾਰੇ ਆਪਾਂ ਜਿਹੜਾ ਆਪਣਾ ਲੋਕਤੰਤਰ ਦਾ ਜਿਹੜਾ ਸਭ ਤੋਂ ਬੜਾ ਉਤਸਵ ਹੈਗਾ, ਇਹਦੇ ਵਾਸਤੇ ਬੜੀ ਤਨਦੇਹੀ ਨਾਲ ਬਹੁਤ ਸਿੱਧਤ ਨਾਲ ਮਿਹਨਤ ਕਰ ਰਹੇ ਹਾਂ ਅਤੇ ਇੱਕ ਟਰਾਂਸਪੇਰੈਂਟ, ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਕਮਿਟਿਡ ਹਾਂ। ਵੋਟਰਸ ਨੂੰ ਰਿਕੁਐਸਟ ਹੈਗੀ ਕਿ ਉਹ ਬੜ ਚੜ ਕੇ ਜਿਹੜਾ ਹੈਗਾ ਇਸ ਵਾਰ ਰਿਕਾਰਡ ਤੋੜ ਜਿਹੜਾ ਹੁਸ਼ਿਆਰਪੁਰ ਬਾਹਰ ਆ ਕੇ
ਅਤੇ 70% ਤੋਂ ਪਲੱਸ ਵੋਟਿੰਗ ਆਪਣੀ ਹੋਣੀ ਚਾਹੀਦੀ, ਮਤਲਬ ਮੈਂ ਤਾਂ ਕਹੂੰਗਾ 100% ਹੀ ਵੋਟਿੰਗ ਹੋਣੀ ਚਾਹੀਦੀ, ਬਟ ਐਜ਼ ਪਰ ਰਿਕਾਰਡ ਜਿਹੜਾ ਹੈਗਾ 100% ਤੋਂ ਚਲੋ, ਬਟ 70% ਪਾਰ ਜਿਹੜੀ ਹੈਗੀ ਵੋਟਿੰਗ ਹੋਣੀ ਚਾਹੀਦੀ। ਡੀ ਸਾਹਿਬ ਨੇ ਹਰ ਥਾਂ 'ਤੇ ਬਹੁਤ ਮਿਹਨਤ ਕਰਕੇ ਜਿਹੜਾ ਹੈਗਾ ਪਾਣੀ ਦੀ ਵਿਵਸਥਾ, ਸ਼ੈੱਡ ਦੀ ਵਿਵਸਥਾ, ਹੈ ਨਾ, ਗਲੂਕੋਨ ਡੀ ਦੀ ਵਿਵਸਥਾ, ਲੱਸੀ, ਸਾਰਾ ਮਤਲਬ ਹਰ ਤਰੀਕੇ ਦਾ ਗਰਮੀ ਨੂੰ ਧਿਆਨ ਰੱਖਦੇ ਹੋਏ ਬਹੁਤ ਚੰਗੀ ਵਿਵਸਥਾ ਕੀਤੀ ਗਈ ਹੈਗੀ ਆ। ਫਿਰ ਵੀ ਵੋਟਰਸ ਤੋਂ ਰਿਕੁਐਸਟ ਆਈ ਹੈਗੀ ਕਿ ਸਵੇਰੇ 7 ਵਜੇ ਵੋਟਰਸ ਵੋਟਿੰਗ ਸ਼ੁਰੂ ਹੋ ਜਾਣੀ ਅਤੇ ਸਵੇਰੇ 7 ਵਜੇ ਤੋਂ ਹੀ ਬੜ ਚੜ੍ਹ ਕੇ ਆਉਣ, ਸੋ ਦੈਟ ਕਿ 10-11 ਵਜੇ ਤੱਕ ਇੱਕ ਚੰਗੀ ਤਾਦਾਦ 'ਚ ਵੋਟ ਕਰ ਸਕਣ। ਉਸ ਤੋਂ ਇਲਾਵਾ ਜਿਹੜੇ ਦਿਨ 'ਚ ਆਉਣ ਵਾਲੇ ਹੈਗੇ ਉਹਨਾਂ ਦੇ ਵਾਸਤੇ ਬਹੁਤ ਚੰਗੀ ਵਿਵਸਥਾ ਕੀਤੀ ਹੈਗੀ, ਤੁਸੀਂ ਬੜ ਚੜ੍ਹ ਕੇ ਵੋਟ ਪਾਓ। ਅਤੇ ਹੁਸ਼ਿਆਰਪੁਰ ਜ਼ਿਲ੍ਹਾ ਜਿਵੇਂ ਆਪਾਂ ਕਹਿੰਦੇ ਹੈਗੇ ਕਿ ਵੀ ਲਿਟਰੇਸੀ 'ਚ ਸਭ ਤੋਂ ਮਤਲਬ ਅੱਗੇ ਹੈਗਾ ਪੰਜਾਬ 'ਚ, ਅਤੇ ਓਬਵੀਅਸਲੀ ਜਿਹੜੀ ਲੋਕਤੰਤਰ ਦੀ ਜ਼ਿੰਮੇਵਾਰੀ ਨਿਭਾਉਣ ਵਾਲਾ ਜਿਹੜਾ ਵੋਟ ਦਾ ਅਧਿਕਾਰ ਅਤੇ ਜ਼ਿੰਮੇਵਾਰੀ ਹੈਗੀ ਉਹਨੂੰ ਵੀ ਨਿਭਾਉਣ 'ਚ ਸਭ ਤੋਂ ਅੱਗੇ ਹੋਏ, ਆਹ ਮੈਂ ਬੇਨਤੀ ਕਰਦਾ। ਅਤੇ ਸਾਨੂੰ ਉਮੀਦ ਹੈਗੀ ਕਿ ਹੁਸ਼ਿਆਰਪੁਰ ਫਿਰ ਉਹ ਮਾਨ ਵੀ ਇਸ ਵਾਰ ਹਾਸਲ ਕਰੇਗਾ। ਸਰ, ਜਿਹੜਾ ਕੈਂਡੀਡੇਟ ਵਾਲਾ ਬੂਥ ਲਗਾਇਆ ਜਾਂਦਾ ਉੱਥੇ ਕਿੰਨੇ ਵਿਅਕਤੀ ਮਤਲਬ ਰਹਿ ਸਕਦੇ ਹੋ? ਜਿਹੜਾ ਕੈਂਡੀਡੇਟ ਦਾ 200 ਮੀਟਰ ਤੋਂ ਬਾਹਰ ਬੂਥ ਲੱਗਣਾ, ਜਿਹੜਾ ਆਪਣਾ ਪੋਲਿੰਗ ਲੋਕੇਸ਼ਨ ਹੈਗੀ ਉਸ ਤੋਂ 200 ਮੀਟਰ ਤੋਂ ਬਾਹਰ ਬੂਥ ਲੱਗਣਾ, ਅਤੇ ਉੱਥੇ ਕਿੰਨੇ ਅਲਾਊਂਡ 5 ਤੋਂ ਵੱਧ, ਕਿਉਂਕਿ 144 ਲੱਗੀ ਵੀ ਹੈਗੀ ਅਤੇ 144 ਦੇ ਅਨੁਸਾਰ ਜਿਹੜਾ ਹੈਗਾ ਈਵਨ ਪੂਰੇ ਜ਼ਿਲ੍ਹੇ 'ਚ ਵੀ ਕਿੱਥੇ ਜਿਹੜਾ ਹੈਗਾ 5 ਤੋਂ ਵੱਧ ਬੰਦੇ ਇਕੱਠੇ ਨਾ ਹੋਣ, ਅਤੇ ਉਸ ਸਿਮਿਲਰਲੀ ਉੱਥੇ ਹੈਗਾ। ਅਤੇ ਨਾਲ ਉੱਥੇ ਵੋਟਰ ਨੂੰ ਇਨਫਲੂਐਂਸ ਨਹੀਂ ਕਰੇ ਕੋਈ 200 ਮੀਟਰ ਦੇ ਕ੍ਰਾਈਟੇਰੀਆ 'ਚ ਕਿ ਵੀ ਉਹਨੂੰ ਪਰਟੀਕੁਲਰ ਬੰਦੇ ਨੂੰ ਵੋਟ ਪਾਉਣਾ ਜਾਣਾ। 200 ਮੀਟਰ ਤੋਂ ਬਾਹਰ ਬੰਦੇ ਇਕੱਠੇ ਹੋਣ ਅਤੇ 5 ਤੋਂ ਵੱਧ ਬਿਲਕੁਲ ਕਿੱਥੇ ਵੀ ਨਾ। ਥੈਂਕ ਯੂ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।